हूँ मेरे सिर ते दस्तार है, सुरक्षा ही है मेरी, 5 मीटर 6 मीटर दी थले मेरे केस की बजी हुआ। हैलमेट नहीं कोई भी चले, सिर नू हैलमेट बचा लूगा, बाकी शरीर है पर गल साडी आइडेंटिफिकेशन दी आ। ते अज आ पिछे चाइनी बार्डर दे उत्ते जो कुछ होया देखिया सारिया ने, किदां से पैकेट डंडिया नाले भजा दिते। इहो एक बदकिस्मती बन गई आ भी कोई भी सिखां नाल जिहड़ा रिलेटड मसला, चाहे बंदी सिंघां दा होवे, चाहे रहत मर्यादा दा होवे, चाहे छोटे साहबजादियां दी शहादत दा होवे, ते जे मैं पुछदा भी जे इत्थे हिंदू धर्म आ उन्हां दा अपना एक सिस्टम आ, जे उस सिस्टम नूं असीं तहश नहश करन ते आ जाइए कोई बर्दाश्त नहीं करूगा। ते जिहड़े साढ़े हैलमेट दा मसला, साढ़े हैलमेट सिखां दे विच कोई कस्टम नहीं गी, ਇਹ ਸਾਡੀ ਰਹਿਤ ਮਰਿਆਦਾ ਦਾ ਇੱਕ ਹਿੱਸਾ ਆ। ਦਸਤਾਰ ਜਿਹੜੀ ਆ ਸਿੱਖ ਦੀ ਨਿਸ਼ਾਨੀ ਵੀ ਆ ਅਤੇ ਸਿੱਖ ਦਾ ਕਕਾਰ ਵੀ ਆ। ਓਂ ਪਵਿੱਤਰ ਗੁਰਬਾਣੀ ਵਿੱਚ ਸਾਬਤ ਸੂਰ ਦਸਤਾਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਦਸਤਾਰ ਦੀ ਉਹ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ। ਸੋ ਇਹਦੇ ਵਿੱਚ ਇਹ ਮੈਂ ਸਮਝਦਾ ਸਿੱਧੀ ਦਖਲਅੰਦਾਜ਼ੀ ਹੋਊਗੀ ਜੇ ਸਰਕਾਰ ਨਹੀਂ ਪਿੱਛੇ ਮੁੜਦੀ। ਅਤੇ ਮੈਂ ਪੁਰਾਤਨ ਵੇਲੇ ਜਿਹੜੇ ਫਸਟ ਵਰਲਡ ਵਾਰ ਜਾਂ ਸੈਕਿੰਡ ਵਰਲਡ ਵਾਰ ਹੋਈ ਉਸ ਵੇਲੇ ਸਰਕਾਰਾਂ ਨੇ ਲਿਖਿਆ ਵੀ ਤੁਸੀਂ ਦਸਤਾਰ ਨਹੀਂ ਹੈਲਮਟ ਪਾਓ ਜੇ ਤੁਹਾਡੀ ਕੈਜੁਅਲਟੀ ਹੋ ਗਈ, ਤਾਂ ਫਿਰ ਕਿਉਂ ਜ਼ਿੰਮੇਵਾਰ ਹੋ? ਨਹੀਂ ਕਿਹਾ ਜੀ ਅਸੀਂ ਦਸਤਾਰ ਨਹੀਂ ਲਾਉਣੀ, ਸਾਡੀ ਕੈਜੁਅਲਟੀ ਹੋ ਜਾ, ਸਾਨੂੰ ਕੋਈ ਮੁਆਵਜ਼ਾ ਨਾ ਦਿਓ। ਇਦੋਂ ਵੱਡੀਆਂ ਕਿਹੜੀਆਂ ਮਿਸਾਲਾਂ ਹੋ ਸਕਦੀਆਂ? ਜੇ ਬ੍ਰਿਟਿਸ਼ ਮੈਂ ਸਰਕਾਰ ਦੇ ਵੇਲੇ ਦੀ ਗੱਲ ਕਰ ਲਵਾਂ, ਉਹਨੀ ਤਾਂ ਰਾਦਰ ਸਿੱਖਾਂ ਨੂੰ ਸਿੱਖ ਰਸਾਲੇ ਬਣਾ ਕੇ 5 ਕਕਾਰਾਂ ਦੇ ਧਾਰਨੀ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਂਦੇ ਸੀ, ਅਤੇ ਹੁਣ ਆਪਾਂ ਇਹਨੂੰ ਤੋੜਨ 'ਤੇ ਆ ਗਏ ਹਾਂ। ਸਰਕਾਰ ਜਿਹੜੀ ਆ ਇਹ ਜਿਹਲੇ ਇੱਦਾਂ ਦੀਆਂ ਗੱਲਾਂ ਦੇ ਵਿੱਚ ਦਖਲਅੰਦਾਜ਼ੀ ਕਰਦੀ ਹੈ, ਫਿਰ ਸੁਣਵਾਈ ਵੀ ਨਹੀਂ ਕਰਦੇ, ਅਤੇ ਮੈਂ ਸਮਝਦਾ ਫਿਰ ਬਦੋ ਬਦੀ ਮਨ ਦੇ ਵਿੱਚ ਰੋਸ ਆਉਂਦਾ ਆ, ਅਤੇ ਫਿਰ ਰੋਸ ਦਾ ਵੀ ਕੋਈ ਸਮਾਂ ਹੁੰਦਾ। ਸੋ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਮਾਪਤ ਬਖਸ਼ੋ। ਸੁਰੱਖਿਆ ਦਾ ਹਵਾਲਾ ਦੇ ਰਹੀ ਹੈ ਜੀ, ਸੁਰੱਖਿਆ ਜਿਹੜੀ ਆ ਹੁਣ ਮੇਰੇ ਸਿਰ 'ਤੇ ਦਸਤਾਰ ਆ, ਸੁਰੱਖਿਆ ਹੀ ਆ ਮੇਰੀ, 5 ਮੀਟਰ 6 ਮੀਟਰ ਦੀ ਥੱਲੇ ਮੇਰੇ ਕੇਸ ਕੀ ਬੱਝੀ ਹੋਆ। ਹੈਲਮਟ ਨਹੀਂ ਕੋਈ ਵੀ ਜਿਹਲੇ, ਸਿਰ ਨੂੰ ਹੈਲਮਟ ਬਚਾ ਲਊਗਾ, ਬਾਕੀ ਸਰੀਰ ਆ ਪਰ ਗੱਲ ਸਾਡੀ ਆਈਡੈਂਟੀਫਿਕੇਸ਼ਨ ਦੀ ਆ। ਦਸਤਾਰ ਕਿਸੇ ਵੀ ਹੱਦ ਦੇ ਵਿੱਚ, ਅੱਜ ਤਾਂ ਵਿਦੇਸ਼ਾਂ ਦੇ ਵਿੱਚ ਵੀ ਪੁਲਿਸ ਦੇ ਵਿੱਚ ਉਹਨਾਂ ਨੂੰ ਛੋਟ ਮਿਲ ਗਈ ਆ, ਅਤੇ ਆਜ਼ਾਦ ਭਾਰਤ ਦੇ ਵਿੱਚ ਜਿੱਥੇ ਅਸੀਂ ਰਹਿੰਦੇ, ਜਿੱਥੇ ਸਾਡਾ ਵਧੇਰਾ ਯੋਗਦਾਨ ਆ, ਅਤੇ ਅੱਜ ਆ ਪਿੱਛੇ ਚਾਈਨੀ ਬਾਰਡਰ ਦੇ ਉੱਤੇ ਜੋ ਕੁਛ ਹੋਇਆ ਦੇਖਿਆ ਸਾਰਿਆਂ ਨੇ, ਕਿੱਦਾਂ ਸਿੱਖ ਅਲੀ ਅਲੀ ਕਰਕੇ ਪੈ ਗਏ ਅਤੇ ਡੰਡਿਆਂ ਨਾਲੇ ਭਜਾ ਦਿੱਤੇ। ਇੱਕ ਸਿੱਖ ਦੀ ਆਈਡੈਂਟੀਫਿਕੇਸ਼ਨ ਆ। ਜੇ ਬੰਗਲਾਦੇਸ਼ ਦੀ ਲੜਾਈ ਹੁੰਦੀ ਜਿਹੜੇ ਬੋਲੇ ਸੋ ਨਿਹਾਲ ਲਾਉਂਦੇ ਸੀ, ਉਹ ਕਹਿੰਦੇ ਜੀ ਇਹ ਤਾਂ ਨਕਲੀ ਆ, ਅਤੇ ਜਿਹੜੇ ਸਿੱਖਾਂ ਨੇ ਲਾਏ ਤਾਂ ਫਿਰ ਦੌੜੇ ਭਾਈ ਭਾਜਣਾ ਪੈ ਗਈਆਂ। ਇਹ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਇੱਕ ਵੱਖਰੀ ਜਿਹੜੀ ਅੱਡੜੀ ਅਤੇ ਨਿਆਰੀ ਜਿਹੜੀ ਸ਼ਾਨ ਬਖਸ਼ਿਸ਼ ਕੀਤੀ ਆ, ਇਹ 'ਤੇ ਕੋਈ ਸਮਝੌਤਾ ਨਹੀਂ।